ਵਾਰਾਂ ਪਾਈ ਗੁਰਦਾਸ ਜੀ ਵਾਰ 27ਵੀਂ ਪੌੜੀ ਚੌਥੀ ਚੰਦ ਚਕੌਰ ਪਰীত ਹੈ ਲਾਏ ਤਾਰ ਨਿਹਾਲੇ ਚੱਕਵੀ ਸੂਰਜ ਹੀਤ ਹੈ ਮਿਲ ਹੋਣ ਸੁਖਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੰਦ ਚਕੌਰ ਪਰীত ਹੈ ਲਾਏ ਤਾਰ ਨਿਹਾਲੇ ਭਾਈ ਗੁਰਦਾਸ ਜੀ ਜਿਸ ਤਰ੍ਹਾਂ ਆਪਾਂ 27ਵੀਂ ਵਾਰ ਦੇ ਸ਼ੁਰੂ ਤੋਂ ਆਪਾਂ ਸੁਣਦੇ ਆਏ ਆ ਨਾ ਇੱਕ ਪ੍ਰੇਮ ਦੀ ਜੋ ਰਿਸ਼ਤਾ ਹੈ ਨਾ ਪ੍ਰੇਮ ਦਾ ਉਹਦੇ ਬਾਰੇ ਪਾਈ ਗੁਰਦਾਸ ਜੀ ਆਪਾਂ ਨੂੰ ਸਮਝਾਉਂਦੇ ਆ ਕਈ ਐਗਜ਼ਾਮਪਲ ਆਪਾਂ ਨੂੰ ਪਹਿਲਾਂ ਦਿੱਤੇ ਤੇ ਹੁਣ ਉਹਨੂੰ ਕੰਟੀਨਿਊ ਕਰਦੇ ਆਂ ਚੌਥੀ ਪੌੜੀ ਵਿੱਚ ਕਹਿੰਦੇ ਜਿਹੜਾ ਇਹ ਜਿਹੜਾ ਜਾਨਵਰਾਂ ਦੇ ਵਿੱਚ ਜਿਹੜਾ ਪ੍ਰੇਮ ਹੁੰਦਾ ਹੈ ਜਾਂ ਪੰਛੀਆਂ ਵਿੱਚ ਜਿਹੜੇ ਬਰਡਸ ਹਨ ਉਹਨਾਂ ਦੇ ਵਿੱਚ ਕਿਹੋ ਜਿਹਾ ਪ੍ਰੇਮ ਹੁੰਦਾ ਹੈ ਹਰ ਇੱਕ ਚੀਜ਼ ਨੂੰ ਕਿਸੇ ਨਾਲ ਕਿਸੇ ਨਾਲ ਪ੍ਰੇਮ ਹੈ ਗੱਲ ਇਹ ਹੈ ਵਿਹਾਰੀ ਕਿ ਚੀ ਜਿਹੜੀ ਦੁਨੀਆ ਦੀ ਹੈ ਉਹ ਜੁਂਦੀ ਆ ਕਿਸੇ ਦੇ ਆਸਰੇ ਤੇ ਕਿਸੇ ਨਾਲ ਪ੍ਰੇਮ ਕਰਕੇ ਨਾ ਜੇ ਆਪਾਂ ਕਹਿ ਦਈਏ ਵੀ ਦੁਨੀਆ ਵਿੱਚ ਪ੍ਰੇਮ ਦੀ ਲੋੜ ਨਹੀਂ ਤਾਂ ਉਹਦੇ ਵਿੱਚ ਭਾਈ ਗੁਰਦਾਸ ਜੀ ਆਪਾਂ ਨੂੰ ਦੱਸ ਰਹੇ ਆ ਵੀ ਫੁੱਲ ਨੂੰ ਵੀ ਪ੍ਰੀਤੀ ਹੈ ਜਿਨਾ ਹਨ ਮੱਛੀ ਨੂੰ ਵੀ ਪ੍ਰੀਤੀ ਹੈ ਤੇ ਜਿੜੀਆਂ ਨੂੰ ਵੀ ਪ੍ਰੀਤੀ ਆ ਹਰ ਇੱਕ ਚੀਜ਼ ਪ੍ਰੇਮ ਨਾਲ ਜੁਂਦੀ ਹੈ ਪ੍ਰੇਮ ਤੋਂ ਬਿਗਰ ਕੋਈ ਵੀ ਨਹੀਂ ਹੈਗਾ ਸੋ ਇਹਦਾ ਐਗਜ਼ਾਮਪਲ ਅੱਗੇ ਪਾਈ ਗੁਰਦਾਸ ਜੀ ਉਹ ਦੱਸਦੇ ਹਨ ਚੰਦ ਚਕੋਰ ਪਰੀਤ ਹੈ ਲਾਇ ਤਾਰ ਨਿਹਾਲੇ ਹੁਣ ਕਹਿੰਦੇ ਚਕੋਰ ਚਕੋਰ ਜਿਹੜਾ ਹੈ ਨਾ ਇਹ ਜਿਹੜਾ ਰੈਡ ਲੈਗ ਪੈਟ੍ਰਿਕ ਜਿਹੜੀ ਇੱਕ ਚਿੜੀ ਹੈ ਕਹਿੰਦੇ ਇਹ ਚਿੜੀ ਜਿਹੜੀ ਹੈ ਨਾ ਇਹਨੂੰ ਨਾ ਚੰਦਰਮਾ ਦੇ ਨਾਲ ਬੜਾ ਪ੍ਰੇਮ ਹੈ ਜਦੋਂ ਮੂਨ ਚੜਦਾ ਹੈ ਇਹ ਮੂਨ ਨੂੰ ਦੇਖੀ ਜਾਂਦੀ ਹੈ ਸਾਰੀ ਰਾਤ ਬਹਿ ਕੇ ਦ ਹੋਲ ਨਾਈਟ ਉਹਨੇ ਆਪਣੀ ਨਿਗਾਹ ਪਾਸੇ ਨਹੀਂ ਕਰਨੀ ਸਿਰਫ ਮੂਨ ਨੂੰ ਦੇਖਣਾ ਹੈ ਚੰਦਰਮਾ ਨੂੰ ਦੇਖਣਾ ਹੈ ਕਹਿੰਦੇ ਚੰਦ ਚਕੋਰ ਪ੍ਰੀਤ ਹੈ ਤੰਦ ਜਿਹੜਾ ਹਨ ਚਕੋਰ ਨੂੰ ਚੰਦ ਦੇ ਨਾਲ ਪ੍ਰੀਤੀ ਹੈ ਬਹੁਤ ਪ੍ਰੇਮ ਕਰਦੀ ਹੈ ਫਿਰ ਅੱਗੇ ਲਾਏ ਲਾਏ ਤਾਰ ਨਿਹਾਲੇ ਦੇਖੋ ਕਿ ਨਹੀਂ ਲਾਏ ਤਾਰ ਲਾਏ ਤਾਰ ਮੀਨਸ ਲਾਉਂਦੀ ਆ ਆਪਣੀ ਤਾਰ ਮੀਨਸ ਕੰਟੀਨਿਊਸ ਜਿਹੜੀ ਵਿਸ਼ਨ ਹੈ ਉਹ ਇੱਕ ਮੂਹਣ ਦੇ ਉੱਤੇ ਟਿਕਾ ਕੇ ਰੱਖਦੀ ਹੈ ਦੈਟ ਮੀਨਸ ਆ ਪ੍ਰੇਮ ਉਹ ਚੀਜ਼ ਆ ਜਿਹੜੀ ਫੋਕਸ ਕਰਾਉਂਦੀ ਆ ਜਿਹੜਾ ਆਪਣੇ ਆਪ ਨੂੰ ਆਪਾਂ ਨੂੰ ਫੋਕਸ ਕਰਾ ਦਿੰਦੀ ਵੀ ਹੋਰ ਕੋਈ ਚੀਜ਼ ਦੀ ਮੈਨੂੰ ਲੋੜ ਨਹੀਂ ਮੈਨੂੰ ਇਹਦੀ ਹੀ ਲੋੜ ਹੈ ਨਾਊ ਥਿਸ ਇਜ਼ ਦਾ ਪ੍ਰੋਬਲਮ ਵਿਦ ਹਿਊਮਨ ਹਿਊਮਨ ਆਪਾਂ ਉਹ ਬੰਦੇ ਹਾਂ ਜਿਹੜਾ ਕਿ ਆਪਣੀ ਪ੍ਰੀਤੀ ਜਿਹੜੀ ਚੀਜ਼ ਨਾਲ ਹੁੰਦੀ ਆ ਉਹ ਬਦਲਦੀ ਰਹਿੰਦੀ ਐ ਹੁਣ ਦੇਖੋ ਇਹ ਚਕੋਰਾ ਇਹਨੂੰ ਸਿਰਫ ਇੱਕ ਮੂਹਨ ਦੇ ਨਾਲ ਪ੍ਰੀਤੀ ਐ ਦੈਟਸ ਇਟ ਹੋਰ ਕੋਈ ਚੀਜ਼ ਨਾਲ ਇਹਨੂੰ ਪ੍ਰੀਤੀ ਨਹੀਂ ਸੋ ਇਹਦਾ ਜੀਵਨ ਜਿਹੜਾ ਹੈ ਇਹ ਚਕੋਰਾ ਜਿਹੜਾ ਹਨ ਚਕੋੜ ਦਾ ਇਹ ਸਿਰਫ ਮੂਹਨ ਨੂੰ ਦੇਖ ਕੇ ਜੀਉਂਦੀ ਐ ਉਹਦੇ ਨਾਲ ਇਹਨੂੰ ਖੁਸ਼ੀ ਹੁੰਦੀ ਐ ਹੁਣ ਦੂਜਾ ਐਗਜ਼ਾਮਪਲ ਸੁਣੋ ਚਕਵੇ ਸੂਰਜ 헤ਤ ਹੈ ਮਿਲ ਹੋਣ ਸੁਖਾਲੇ ਦੇਖੋ ਕਹਿੰਦੇ ਜਿਹੜਾ ਚਕਵੀ ਆ ਨਾ ਇਹ ਰਾਡੀ ਸ਼ੈਲਡਰਿਕ ਹੈ ਇਹ ਜਿਹੜੀ ਚਿੜੀ ਹੈ ਸੋ ਇਹਨੂੰ ਆਪਾਂ ਚਕਵੀ ਕਹਿੰਦੇ ਹਾਂ ਹੁਣ ਚਕਵੀ ਜਿਹੜੀ ਆ ਨਾ ਇਹਦਾ ਪਿਛਲਾ ਜਿਹੜਾ ਇਤਿਹਾਸ ਹੁੰਦਾ ਹੈ ਨਾ ਕਹਿੰਦੇ ਇਹਨਾਂ ਨੂੰ ਨਾ ਜਿਹੜਾ ਹਨ ਰਾਮਚੰਦਰ ਨੇ ਇੱਕ ਸਰਾਪ ਦਿੱਤਾ ਸੀਗਾ ਇਹ ਚਕਵੀ ਨੂੰ ਕਹਿੰਦੇ ਇਹ ਚਕਵੀ ਜਿਹੜਾ ਇਹਨੂੰ ਸਰਾਪ ਇਹ ਮਿਲਿਆ ਹੋਇਆ ਹੈ ਕਿ ਕਹਿੰਦੇ ਜਦੋਂ ਰਾਤ ਹੁੰਦੀ ਆ ਇਹਨਾਂ ਦਾ ਵਿਛੋੜਾ ਪੈ ਜਾਂਦਾ ਹੈ ਦਿਨ ਚੜਦਾ ਇਹਨਾਂ ਦਾ ਮਿਲਾਪ ਹੁੰਦਾ ਸੋ ਕੀ ਹੁੰਦਾ ਹੈ ਇਹ ਚਕਵੀ ਜਿਹੜਾ ਹਨ ਚਕਵੀ ਫੀਮੇਲ ਤੇ ਮੇਲ ਦਾ ਇਹਨਾਂ ਦਾ ਯੂਨੀਅਨ ਹੁੰਦਾ ਜਦੋਂ ਸੂਰਜ ਚੜਦਾ ਹੈ ਤੇ ਇਹਨਾਂ ਨੂੰ ਸਰਾਬ ਕੀ ਮਿਲਿਆ ਵੀ ਰਾਤ ਨੂੰ ਇਹਨਾਂ ਦਾ ਵਿਛੋੜਾ ਪੈ ਜਾਂਦਾ ਸੋ ਇਹਨੂੰ ਜਿਹੜਾ ਚਕਵੀ ਨੂੰ ਪ੍ਰੇਮ ਹੈ ਸੂਰਜ ਦੇ ਨਾਲ ਸੋ ਜਦੋਂ ਸੂਰਜ ਚੜ੍ਹਦਾ ਹੈ ਇਹ ਰਾਡੀ ਸ਼ੈਲਡਰਿਕ ਜਿਹੜੀ ਹੈ ਇਹ ਦੇਖਦੀ ਰਹਿੰਦੀ ਆ ਸੂਰਜ ਵੱਲ ਇਹਨੂੰ ਕਾਕੀ ਇਹਦਾ ਮਿਲਾਪ ਹੋਣਾ ਹੈ ਦੋਮਾਂ ਦਾ ਸੋ ਦ ਕਾਸ ਇਜ਼ ਦ ਸਨ ਸਨ ਉਹਦਾ ਕਾਸ ਹੈ ਕਹਿੰਦੇ ਮਿਲ ਹੋਣ ਸੁਖਾਲੇ ਕਹਿੰਦੇ ਸੋਇ ਜਿਹੜਾ ਹਨ ਮੇਲ ਤੇ ਫੀਮੇਲ ਦਾ ਮੇਲ ਹੋ ਕੇ ਇਹ ਬਹੁਤ ਜਿਹੜਾ ਹਨ ਇੰਜੋਏ ਕਰਦੇ ਆ ਦੋਵੇਂ ਇੱਕ ਕਪਲ ਜਿਹੜੇ ਬਣ ਕੇ ਜਦੋਂ ਸੂਰਜ ਚੜ੍ਹਦਾ ਹੈ ਪਰ ਜਦੋਂ ਸੂਰਜ ਡੁੱਬ ਜਾਂਦਾ ਵਿਚਾਰੇ ਫਿਰ ਵਿਛੜ ਜਾਂਦੇ ਸੋ ਕਹਿੰਦੇ ਇਸ ਕਰਕੇ ਇਹਨੂੰ ਸੂਰਜ ਸਨ ਦੇ ਨਾਲ ਪ੍ਰੇਮ ਹੈ ਫਿਰ ਨੇਹੋ ਕਵਲ ਜਲ ਜਾਣੀ ਐ ਖਿੜ ਮੋਹ ਵੇ ਖਾਲੇ ਹੁਣ ਤੀਜੀ ਗੱਲ ਇੱਕ ਫਲਾਵਰ ਜਿਹੜਾ ਹੈ ਜਿਹੜਾ ਲੋਟਸ ਫਲਾਵਰ ਹੈ ਹੁਣ ਲੋਟਸ ਫਲਾਵਰ ਜਿਹੜਾ ਹੈ ਨੇਹੋ ਕਵਲ ਜਲ ਜਾਣੀ ਐ ਹੁਣ ਇਹ ਕਵਲ ਨੂੰ ਪ੍ਰੇਮ ਕਿਦੇ ਨਾਲ ਆ ਆਪਣੇ ਪਾਣੀ ਨਾਲ ਇਹਦੀਆਂ ਜੜਾਂ ਪਾਣੀ ਵਿੱਚ ਹੁੰਨੀਆਂ ਕਹਿੰਦੇ ਇਹਨੂੰ ਪ੍ਰੇਮ ਭਾਵੇਂ ਸੂਰਜ ਨਾਲ ਹੈ ਪਰ ਇਹ ਜੂੰਦਾ ਉਹ ਪਾਣੀ ਕਰਕੇ ਹੈ ਸੋ ਇਸ ਕਰਕੇ ਕਹਿੰਦੇ ਨੇਹੋ ਕਵਲ ਜਲ ਜਾਣੀ ਹੈ ਹੁਣ ਇਹ ਪ੍ਰੇਮ ਇੱਕ ਜਲ ਦਾ ਪਾਣੀ ਦਾ ਤੇ ਇੱਕ ਲੋਟਸ ਫਲਾਵਰ ਦਾ ਹੈ ਕਹਿੰਦੇ ਖਿੜ ਮੋਹ ਵਿਖਾਲੇ ਤੇ ਇਹ ਖਿੜ ਕੇ ਆਪਣਾ ਮੂੰਹ ਦਿਖਾਉਂਦਾ ਦੁਨੀਆ ਨੂੰ ਖੁਸ਼ ਹੁੰਦਾ ਹੈ ਵੀ ਮੈਂ ਹਰਿਆ ਭਰਿਆ ਤੇ ਸੂਰਜ ਵੱਲ ਆਪਣਾ ਮੂੰਹ ਕਰਦਾ ਹੈ ਤੇ ਕਿਹਦੇ ਆਸਰੇ ਨਾਲ ਇਹ ਪਾਣੀ ਦੇ ਆਸਰੇ ਨਾ ਕਿਉਂਕਿ ਇਹਦਾ ਪ੍ਰੇਮ ਪਾਣੀ ਨਾਲ ਵੀ ਹੈ ਇਹ ਪਾਣੀ ਕਰਕੇ ਜਿਉਂਦਾ ਜੇ ਪਾਣੀ ਸੁੱਕ ਜਵੇ ਉਹ ਫੁੱਲ ਸੁੱਕ ਜਾਏਗਾ ਨਹੀਂ ਜਿਉਂਦਾ ਰਹਿੰਦਾ ਇਸ ਕਰਕੇ ਇਹਦਾ ਐਗਜ਼ਾਮਪਲ ਦੱਤਾ ਹੈ ਦੇਖੋ ਕਹਿੰਦੇ ਇੱਕ ਕਵਲ ਨੂੰ ਵੀ ਪਾਣੀ ਨਾਲ ਪ੍ਰੇਮ ਹੈ ਨਾਉ ਯੂ ਸੀ ਹਰ ਦ ਹੋਲ ਨੇਚਰ ਜਿਹੜੀ ਆ ਨਾ ਆਪਣੀ ਜਿੰਨੀ ਵੀ ਆਪਣੀ ਆਲੇ ਦੁਆਲੇ ਜਿੰਨਾ ਆਪਣਾ ਕੁਦਰਤ ਹੈ ਨਾ ਪਰਮਾਤਮਾ ਨੇ ਨੇਚਰ ਬਣਾਈ ਆ ਨਾ ਇਹਦੇ ਵਿੱਚ ਆਪਾਂ ਨੂੰ ਸਬਕ ਮਿਲਦੇ ਨੇ ਆਪਾਂ ਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲਦਾ ਸੋ ਇਹਦੇ ਵਿੱਚ ਇਹ ਹੁੰਦਾ ਹੈ ਕਿ ਪ੍ਰੇਮ ਦੇ ਨਾਲ ਹੀ ਜਿਹੜਾ ਹਨ ਇੱਕ ਇਨਸਾਨ ਦੀ ਜ਼ਿੰਦਗੀ ਜਿਹੜੀ ਹੈ ਉਹ ਲੰਘਦੀ ਹੈ ਦੇਖੋ ਆਪਾਂ ਇੱਕ ਜ਼ਿੰਦਗੀ ਨੂੰ ਗੁਜ਼ਾਰ ਰਹੇ ਹਾਂ ਆਪ ਨੂੰ ਇੱਕ ਜ਼ਿੰਦਗੀ ਮਿਲੀ ਆ ਆਪਾਂ ਗੁਜ਼ਾਰ ਰਹੇ ਹਾਂ ਡੇ ਬਾਈ ਡੇ ਉਹਨੂੰ ਜਿਉ ਰਹੇ ਆ ਆਪਾਂ ਪਰ ਕਿਹਦੇ ਆਸਰੇ ਤੇ ਆਪਾਂ ਜੁਂਦੇ ਹਾਂ ਆਸਰਾ ਕਿਹਦਾ ਹੈ ਆਪਾਂ ਕਿਹਦੇ ਕਰਕੇ ਜੁਨੇ ਜਿ ਦਿਨ ਆਪਾਂ ਨੂੰ ਪ੍ਰੇਮ ਹੈ ਵੀ ਲੀਫ ਫੋਰ ਇਟ ਆਪਾਂ ਇਹ ਕਹਿ ਦਿੱ ਗਏ ਹੁਣ ਦੇਖੋ ਅਗਲਾ ਐਗਜ਼ਾਮਪਲ ਕੀ ਦੰਦੇ ਹਨ ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ ਕਹਿੰਦੇ ਮੋਰ ਬਬੀਹੇ ਦੋ ਇੱਥੇ ਦੱਸਿਆ ਇੱਕ ਮੋਰਾ ਇੱਕ ਪੀਕਾਕ ਹੈ ਇੱਕ ਬਬੀਹਾ ਹੈ ਕਹਿੰਦੇ ਮੋਰ ਜਿਹੜਾ ਹੈ ਜਦੋਂ ਬੱਦਲ ਆਉਣੇ ਸ਼ੁਰੂ ਹੁੰਦੇ ਆ ਉਹ ਜਿਹੜਾ ਪੀਕਾਕ ਹੁੰਦਾ ਹੈ ਮੋਰ ਹੁੰਦਾ ਬਹੁਤ ਖੁਸ਼ ਹੁੰਦਾ ਹੈ ਉਹ ਆਪਣੀਆਂ ਫੈਲ ਪਾਉਂਦਾ ਹੈ ਨੱਚਦਾ ਫਿਰਦਾ ਹੈ ਕਹਿੰਦੇ ਵੀ ਬੱਦਲ ਆ ਗਿਆ ਮੀਂਹ ਆ ਰਿਹਾ ਹੈ ਤੇ ਦੂਜਾ ਬਬੀਹਾ ਉਹ ਅਲੀ ਡਿਊ ਨੂੰ ਡੀਗਦਾ ਸਵੰਤੀ ਬੂੰਦ ਨੂੰ ਉਹ ਮੂੰਹ ਖੋਲ ਕੇ ਡੀਗਦਾ ਵੀ ਸਵੰਤੀ ਬੂੰਦ ਆਏਗੀ ਸੋ ਕਹਿੰਦੇ ਮੋਰ ਬੀਹਾ ਬੋਲਦੇ ਬੜੀ ਖੁਸ਼ ਹੋ ਕੇ ਬੋਲਦੇ ਨੇ ਵੀ ਬਦਲ ਆ ਗਿਆ ਮੀ ਆਉਣ ਵਾਲਾ ਹੈ ਕਹਿੰਦੇ ਵੇਖ ਬਦਲ ਕਾਲੇ ਕਾਲੇ ਬਦਲਾਂ ਨੂੰ ਦੇਖ ਕੇ ਇਹਨਾਂ ਨੂੰ ਖੁਸ਼ੀ ਹੁੰਦੀ ਹੈ ਸੋ ਦੇਖੋ ਹੁਣ ਇਹਨਾਂ ਨੂੰ ਪ੍ਰੇਮ ਬਦਲਾਂ ਦੇ ਨਾਲ ਹੈ ਇਹਨਾਂ ਨੂੰ ਪ੍ਰੇਮ ਕਿਉਂ ਬਦਲਾਂ ਦੇ ਨਾਲ ਹੈ ਕਿਉਂਕਿ ਮੀ ਪਏਗਾ ਉਹਨਾਂ ਨੂੰ ਮੀ ਦੇ ਨਾਲ ਪ੍ਰੇਮ ਹੈ ਸਿੱਧੀ ਦ ਦ ਕੁਦਰਤ ਨੇ ਉਹ ਚੀਜ਼ ਮੋਰ ਦਾ ਜਿਹੜਾ ਹਨ ਉਹਦੀ ਪ੍ਰੀਤੀ ਬਣਾ ਦਿੱਤੀ ਬਦਲਾਂ ਦੇ ਨਾਲ ਨਾਓ ਯੂ ਸੀ ਨਾਓ ਇਹ ਚੀਜ਼ ਨੂੰ ਭਾਵੇਂ ਆਪਾਂ ਆਈਸੋਲੇਟਡਲੀ ਆਪਾਂ ਇੱਕ ਇੱਕ ਕੇਸ ਕਰਕੇ ਜਿਵੇਂ ਭਾਈ ਗੁਰਦਾਸ ਜੀ ਆਪਾਂ ਨੂੰ ਦੱਸ ਰਹੇ ਨਾ ਆਪਾਂ ਦੇਖੀਏ ਪਰ ਓਵਰਆਲ ਇਹਦੇ ਵਿੱਚ ਕੀ ਆਪਾਂ ਨੂੰ ਮਿਲ ਰਿਹਾ ਹੈ ਮੈਸੇਜ ਹਰ ਇੱਕ ਚੀਜ਼ ਨੂੰ ਪ੍ਰੇਮ ਉਹਦਾ ਬਣਿਆ ਹੋਇਆ ਹੈ ਐਂਡ ਦੈਨ ਯੂ ਸੀ ਥਿਸ ਇਜ਼ ਹਾਊ ਦ ਨੇਚਰ ਵਰਕਸ ਹਾਂ ਮੋਰ ਨੂੰ ਕੋਈ ਸਿਖਾਉਂਦਾ ਨਹੀਂ ਵੀ ਤੂੰ ਬਦਲਾਂ ਨਾਲ ਪ੍ਰੇਮ ਕਰਨਾ ਹੈ ਡੂ ਐਨੀਵਨ ਟੀਚ ਮੋਰ ਨਾ ਬਬੀ ਨੇ ਕਿਸੇ ਨੇ ਦੱਸਿਆ ਵੀ ਤੂੰ ਮੂੰਹ ਖੋਲ ਕੇ ਆਪਣੀ ਸ਼ਵੰਤੀ ਬੂੰਦ ਨੂੰ ਡੀਕਣਾ ਚਕਵੀ ਨੂੰ ਚਕਵੇ ਨੂੰ ਕਿਸੇ ਨੇ ਸਿਖਾਇਆ ਵੀ ਤੂੰ ਜਿਹੜਾ ਸੰਤ ਤੇ ਮੂਨ ਨਾਲ ਤੋਂ ਪ੍ਰੇਮ ਕਰਨਾ ਦੇਖੋ ਉਹ ਚੀਜ਼ ਆਪਣੇ ਅੰਦਰ ਨੇਚਰਲੀ ਅੰਦਰ ਆਉਂਦੀ ਹੈ ਹੁਣ ਅੰਦਰ ਦੇਖੋ ਹੁਣ ਜਿਹੜਾ ਬੰਦਿਆਂ ਦਾ ਇਨਸਾਨਾਂ ਦਾ ਉਹ ਅੱਗੇ ਭਾਏ ਗੁਰਦਾਸ ਜੀ ਦੱਸਦੇ ਆ ਚਲੋ ਨਾਰ ਪਤਾਰ ਪਿਆਰ ਹੈ ਮਾਂ ਪੁੱਤ ਸੰਭਾਲੇ ਦੇਖੋ ਪਹਿਲਾ ਪਿਆਰ ਹੈ ਨਾਰ ਤੇ ਪਤਾਰ ਸੋ ਹਸਬੰਡ ਐਂਡ ਵਾਈਫ ਕਹਿੰਦੇ ਹਸਬੰਡ ਐਂਡ ਵਾਈਫ ਦਾ ਜਿਹੜਾ ਹੈ ਕਹਿੰਦੇ ਪਿਆਰ ਹੈ ਦੂਜਾ ਪਿਆਰ ਕਿਆ ਮਾਂ ਤੇ ਪੁੱਤ ਦਾ son and mother ਦਾ ਕਹਿੰਦਾ ਇਹ ਵੀਕ ਪ੍ਰੇਮ ਹੈ ਹੁਣ ਦੇਖੋ ਸੰਭਾਲੇ ਕਹਿੰਦੇ ਜਿਵੇਂ ਮਾਂ ਆਪਣੇ ਪੁੱਤ ਨੂੰ ਪ੍ਰੇਮ ਕਰਕੇ ਸੰਭਾਲਦੀ ਹੈ ਹਸਬੰਡ ਵਾਈਫ ਆਪਣੇ ਪਰਿਵਾਰ ਨੂੰ ਸੰਭਾਲਦੇ ਨੇ ਆਪਣੇ ਪ੍ਰੇਮ ਕਰਕੇ ਸੋ ਕਹਿੰਦੇ ਦੇਖੋ ਹੁਣ ਇੱਥੇ ਇੱਕ ਇਨਸਾਨ ਨੂੰ ਵੀ ਪ੍ਰੇਮ ਦੀ ਲੋੜ ਹੈ ਮਾਂ ਤੇ ਪੁੱਤ ਦਾ ਇੱਕ ਜਿਹੜਾ ਰਿਸ਼ਤਾ ਹੈ ਇਹ ਨੇਚਰਲ ਹੈ ਬੱਚੇ ਨੂੰ ਕੋਈ ਨਹੀਂ ਦੱਸਦਾ ਇਹ ਤੇਰੀ ਮਾਂ ਹੈ ਰਾਈਟ ਮਾਂ ਨੂੰ ਤਾਂ ਪਤਾ ਵੀ ਮੇਰਾ ਬੱਚਾ ਹੈ ਬੱਚੇ ਨੂੰ ਤਾਂ ਕੋਈ ਨਹੀਂ ਦੱਸਦਾ ਨਾ ਤੇਰੀ ਮਾਂ ਹੈ ਉਹਨ ਆਟੋਮੈਟਿਕਲੀ ਉਹ ਮੋਹ ਆਪਣੀ ਮਾਂ ਨਾਲ ਹੁੰਦਾ ਹੈ ਸੋ ਇਸ ਤਰ੍ਹਾਂ ਕਰਕੇ ਕਹਿੰਦੇ ਇਹ ਪ੍ਰੇਮ ਇੱਕ ਐਸਾ ਜਿਹੜਾ ਬਣਿਆ ਹੋਇਆ ਹੁਣ ਦੇਖੋ ਜਿਵੇਂ ਇੱਕ ਹਸਬੰਡ ਐਂਡ ਵਾਈਫ ਦਾ ਪ੍ਰੇਮ ਹੈ ਹੁਣ ਇਹ ਪ੍ਰੇਮ ਵੀ ਦੋ ਡਿਫਰੈਂਟ ਅਜਨਬੀ ਬੰਦੇ ਇੱਕ ਦੇ ਨਾਲ ਪ੍ਰੇਮ ਕਰਕੇ ਫਿਰ ਉਹ ਕਿਵੇਂ ਉਹ ਪ੍ਰੇਮ ਦੇ ਵਿੱਚ ਆਪਣੀ ਆਪ ਦੀ ਜ਼ਿੰਦਗੀ ਗੁਜ਼ਾਰ ਦਿੰਦੇ ਦੇ ਸੈਕਰੀਫਾਈਸ एवरीथिंग ਫॉर ਇਚ ਅਦਰ ਕਿਉਂ ਕਿਉਂਕਿ ਪ੍ਰੇਮ ਹੈ ਜੀ ਯੂ ਕੈਨ ਪੁੱਟ ਮੈਨੀ ਅਦਰ ਰੀਜ਼ਨਸ ਟੂ ਥੀਟ ਬਟ ਇਕ ਵੱਡਾ ਇਹ ਜਿਹੜਾ ਰੀਜ਼ਨ ਹੈ ਪ੍ਰੇਮ ਹੈ ਪਿਆਰ ਹੈ ਦੇਖੋ ਪਿਆਰ ਨੇ ਇਹ ਦੋ ਬੰਦਿਆਂ ਨੂੰ ਜਿਹੜਾ ਹਾਂ ਜੋੜ ਕੇ ਰੱਖਿਆ ਫੋਰ ਹੰਨੀ ইয়ারਸ ਯੂ نو ਕញ្ញਾਂ ਦੀ ਜਿਹੜੀ ਮੈਰਿਜ ਲਾਈਫ ਹੁੰਦੀ ਆ ਉਹ 50 ইয়ার 60 ইয়ার 70 ইয়ার ਤੱਕ ਵੀ ਚਲੀ ਜਾਂਦੀ ਹੈ ਕਿਹੜੀ ਚੀਜ਼ ਨੇ ਉਹਨਾਂ ਨੂੰ ਜੋੜਿਆ ਪ੍ਰੇਮ ਨੇ ਫੇ ਅੱਗੇ ਦੇਖੋ ਪੀਰ ਮੁਰਿਦਾ ਪਿਰਹੜੀ ਉਹ ਨਿਭ ਹੈ ਨਾਲੇ ਦੇਖੋ ਕਹਿੰਦੇ ਇਸੇ ਤਰ੍ਹਾਂ ਹੀ ਪੀਰ ਤੇ ਉਹ ਸਿੱਖਾਂ ਦੀ ਗੁਰੂ ਤੇ ਸਿੱਖਾਂ ਦੀ ਪ੍ਰੀਤ ਹੈ ਕਿ ਇਹ ਪ੍ਰੀਤ ਜਿਹੜੀ ਆ ਉਹ ਨਿਭ ਹੈ ਨਾਲੇ ਪਰ ਇੱਕ ਗੱਲ ਹੈ ਇਹ ਜਿੰਨੇ ਐਗਜ਼ਾਮਪਲ ਦਿੱਤੇ ਆ ਨਾ ਹੁਣ ਦੇਖੋ ਜਿਵੇਂ ਚੱਕਵੀ ਤੇ ਚਕਵਾ ਹੈ ਮਰ ਗਏ ਸੰਤ ਤੇ ਮੂਨ ਇੱਥੇ ਰਹਿ ਗਏ ਮੋਰ ਬਬੀਹਾ ਮਰ ਗਿਆ ਬੱਦਲ ਦੁਨੀਆ ਚ ਰਹਿ ਗਏ ਉਹ ਅੱਗੇ ਚਲੇ ਗਏ ਹੈਨਾ ਸੋ ਹਸਬੰਡ ਐਂਡ ਵਾਈਫ ਇੱਕ ਉਹਨਾਂ ਚੋਂ ਮਰ ਜਵੇ ਉਹ ਕੱਲੇ ਰਹਿ ਜਾਂਦੇ ਆ ਰਾਈਟ ਉਹ ਕਿੱਥੇ ਗਿਆ ਪਤਾ ਵੀ ਨਹੀਂ ਲੱਗਦਾ ਤੇ ਜਿਹੜਾ ਮਾਂ ਤੇ ਪੁੱਤ ਦਾ ਇਹਦਾ ਵੀ ਉਹੀ ਗੱਲ ਆ ਜਿਨ੍ਹਾਂ ਦਾ ਮੌਤ ਕਰਕੇ ਵਿਛੋੜਾ ਪੈ ਜੂਏ ਵਿਛੋੜਾ ਪੈ ਗਿਆ ਪਰ ਕਹਿੰਦੇ ਗੁਰੂ ਤੇ ਸਿੱਖ ਦਾ ਇੱਕ ਫਰਕ ਹੈ ਕਹਿੰਦੇ ਜਦੋਂ ਗੁਰੂ ਤੇ ਸਿੱਖ ਦਾ ਪ੍ਰੇਮ ਹੁੰਦਾ ਹੈ ਨਾ ਕਹਿੰਦੇ ਉਹਦੇ ਵਿੱਚ ਉਹ ਨਿਭ ਹੈ ਨਾਲੇ ਉਹ ਨਾਲ ਨਿਭਦਾ ਹੈ ساری ਜ਼ਿੰਦਗੀ ਵੀ ਨਿਭਦਾ ਹੈ ਮਰਨ ਵੇਲੇ ਵੀ ਨਿਭਦਾ ਹੈ ਮਰਨ ਤੋਂ ਬਾਅਦ ਵੀ ਨਿਭਦਾ ਹੈ ਸੋ ਸੱਚਾ ਰਿਸ਼ਤਾ ਕਿਲਾ ਹੋਇਆ ਦੇਖੋ ਭਾਵੇਂ ਪ੍ਰੇਮ ਹੈ ਪ੍ਰੇਮ ਵਿੱਚ ਕੋਈ ਵੀ ਗਲਤ ਨਹੀਂ ਪਰ ਉਹ ਨਿਭਦਾ ਨਹੀਂ ਆ ਸਿਰੇ ਤੱਕ ਨਹੀਂ ਜਾਂਦਾ ਇੱਕ ਗੁਰੂ ਤੇ ਸਿੱਖ ਦਾ ਰਿਸ਼ਤਾ ਮਰਨ ਤੋਂ ਬਾਅਦ ਵੀ ਨਿਭਦਾ ਹੈ ਉਹ ਨਾਲ ਜਾਂਦਾ ਹੈ ਆਹ ਕਹਿੰਦੇ ਇਹ ਫਰਕ ਹੈ ਸੋ یوں ਕਰਕੇ ਜਿਹੜਾ ਹੈ ਨਾ ਹੁਣ ਆਪਾਂ ਜੇ ਦੇਖੀਏ ਆਪਾਂ ਹਰ ਇੱਕ ਪ੍ਰੇਮ ਨੂੰ ਬਿਲਡ ਅਪ ਕਰਦੇ ਹਾਂ ਫਰਮ ਅ ਨੀਟ ਉਹ ਨੀਟ ਤੋਂ ਕਮ ਸ਼ੁਰੂ ਹੁੰਦਾ ਹੈ ਟੂ ਪੀਪਲ ਨੀਡ ਈਚ ਅਦਰ ਇਕੱਠੇ ਹੋ ਜਾਂਦੇ ਨੇ ਕੌਰੈਕਟ ਪਰ ਜਦੋਂ ਇਕੱਠੇ ਹੋਗੇ ਉਹਨਾਂ ਦੀ ਜਿਹੜੀ ਪ੍ਰੀਤੀ ਹੈ ਉਹ ਫਿਰ ਉੱਥੋਂ ਬਣਦੀ ਆ ਪਹਿਲਾਂ ਨੀਤ ਤੋਂ ਸ਼ੁਰੂ ਹੋ ਕੇ ਫਿਰ ਪ੍ਰੇਮ ਬਣਦਾ ਹੈ ਗੁਰੂ ਤੇ ਸਿੱਖ ਦਾ ਰਿਸ਼ਤਾ ਜਿਹੜਾ ਹੈ ਉਹ ਵੀ ਭਾਵੇਂ ਸਿੱਖ ਵਾਸਤੇ ਇੱਕ ਨੀਤ ਕਰਕੇ ਬਣਿਆ ਹੋਊਗਾ ਪਰ ਹੌਲੀ-ਹੌਲੀ ਜਿਉਂ-ਜਿਉ ਉਹ ਗੁਰੂ ਨੂੰ ਜਾਣੇਗਾ ਨਾ ਜਿਵੇਂ ਜਿਹੜਾ ਦੁਨੀਆਂ ਦਾ ਜਿਹੜਾ ਨੀਤ ਤੋਂ ਪ੍ਰੇਮ ਬਣ ਜਾਂਦਾ ਨਾ ਇਹ ਵੀ ਗੁਰੂ ਦਾ ਤੇ ਸਿੱਖ ਦਾ ਇੱਕ ਪ੍ਰੇਮ ਬਣ ਜਾਂਦਾ ਹੈ ਤੇ ਉਹ ਪ੍ਰੇਮ ਨਿਭਦਾਏ ਨਾਲ ਨਾਉ ਥਿਸ ਇਜ਼ ਵੈਰੀ ਇੰਪੋਰਟੈਂਟ ਹੈ ਕਿਉਂਕਿ ਜੇ ਇਹ ਚੀਜ਼ ਆਪਣੇ ਕੋਲ ਨਾ ਹੋਵੇ ਥੀ ਵੇਅਰ ਆਰ ਯੂ ਗੋਇੰ ਟੂ ਗੋ ਹਾਊ ਡੂ ਯੂ ਨੋ ਵਾਟ ਇਜ਼ ਡੈਥ ਆਲ ਅਬਾਊਟ ਡੈਥ ਤਾਂ ਬਾਦ ਕੀ ਹੁਣਾਈ ਕੋਈ ਨਹੀਂ ਪਤਾ ਪਰ ਕਹਿੰਦੇ ਇਹ ਪ੍ਰੇਮ ਨਿਭਦਾ ਹੈ ਉਹ ਗੁਰੂ ਦਾ ਪ੍ਰੇਮ ਨਿਭਦਾ ਹੈ ਅਗਲੀ ਦੁਨੀਆ ਤੱਕ ਵੀ ਜਾਂਦਾ ਹੈ ਨਾ ਵਾਟ ਇਜ਼ ਰੀਅਲ ਦੈਨ ਰੀਅਲ ਕੀ ਹੈ ਜਿਹੜੀ ਚੀਜ਼ ਆਪਣੇ ਨਾਲ ਜਾਵੇ ਜਿਹੜੀ ਇੱਥੇ ਬਣ ਕੇ ਇੱਥੇ ਖਤਮ ਹੋ ਜਾਵੇ ਉਹਨੂੰ ਥੋੜਾ ਆਪਾਂ ਕਹਿ ਸਕਦੇ ਹਾਂ ਵੀ ਹਮੇਸ਼ਾ ਰਹਿਣ ਵਾਲੀ ਹੈ ਐਂਡ ਉਹ ਇੰਟੈਂਗਲਮੈਂਟ ਬਣ ਜਾਂਦੀ ਹੈ ਮੋਹ ਬਣ ਜਾਂਦਾ ਹੈ ਮੋਹ ਬਣ ਕੇ ਬੰਦਾ ਫਿਰ ਜੁਨਾ ਵਿੱਚ ਫਸਦਾ ਹੈ ਦੇਖੋ ਗੁਰੂ ਦੀ ਮੱਤ ਹੋਊਗੀ ਤੁਹਾਡੇ ਕੋਲ ਸਭ ਕੁਝ ਹੁੰਦਿਆਂ ਹੋਿਆਂ ਵੀ ਸਭ ਕੁਝ ਤੁਸੀਂ ਐਨਜੋਏ ਕਰਦੇ ਹੋਏ ਵੀ ਤੁਸੀਂ ਇਥੇ ਛੁੱਟ ਸਕਦੇ ਹੋ ਇਹ ਘੜੀ ਲੈਣਾ ਕਿੰਨਾ ਚੰਗਾ ਰਸਤਾ ਹੈ ਇਹ ਗੱਲ ਭਾਈ ਗੁਰਦਾਸ ਜੀ ਆਪਣੋ ਸਮਝਾ ਰਿਹਾ ਚਲੋ ਨਾਰ ਪਧਾਰ ਪਿਆਰ ਹੈ ਮਾਪੁੱਤ ਸੰਭਾਲੇ ਪੀਰ ਮੁਰੀਦਾ ਪਰਹੜੀ ਉਹ ਨਿਭ ਹੈ ਨਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ